ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਖ ਕਰਾਂਗੇ। ਆਮ ਤੌਰ ਤੇ ਜੱਟ ਭਾਈਚਾਰੇ ਦੇ ਰਾਖਵੇਂਕਰਨ ਦੇ ਖਿਲਾਫ ਬਿਆਨਬਾਜ਼ੀ ਕਰਨ ਦੀ ਵਜ੍ਹਾ ਨਾਲ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਐਮ ਪੀ ਰਾਜਕੁਮਾਰ ਸੈਣੀ ਤੇ ਲੰਘੇ ਦਿਨ ਹਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸੈਣੀ ਨੇ ਇਸ ਹਮਲੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਉਣ ਦੀ ਮੰਗ ਕੀਤੀ। ਕੁਰੂਕਸ਼ੇਤਰ ਤੋਂ ਐਮ ਪੀ ਰਾਜਕੁਮਾਰ ਸੈਣੀ ਖੁਦ ਉੱਤੇ ਹੋਏ ਹਮਲੇ ਦੇ ਇੱਕ ਦਿਨ ਬਾਅਦ ਸਾਹਮਣੇ ਆਏ ਅਤੇ ਹਮਲੇ ਦੇ ਪਿੱਛੇ ਕਿਸੇ ਸਾਜਿਸ਼ ਦਾ ਖਦਸ਼ਾ ਜ਼ਾਹਰ ਕੀਤਾ। ਸੈਣੀ ਦੇ ਮੁਤਾਬਕ ਕੁਰੂਕਸ਼ੇਤਰ ਵਿੱਚ ਉਹਨਾਂ ਦੀ ਸੁਰੱਖਿਆ ਦਾ ਵਧੀਆ ਇੰਤਜ਼ਾਮ ਨਹੀਂ ਸੀ। ਸੈਣੀ ਨੇ ਥਾਣਾ ਇੰਚਾਰਜ ਦੇ ਖਿਲਾਫ ਕਾਰਵਾਈ ਨਹੀਂ ਕੀਤੇ ਜਾਣ ਉੱਤੇ ਵੀ ਸਵਾਲ ਚੁੱਕੇ। ਔਰ ਜਿਸ ਸਾਹਿਬ ਕੋ ਜੋ ਹੈ ਨਾ ਯਹਾਂ ਸੇ ਟ੍ਰਾਂਸਫਰ ਕੀ, ਕਿਆ ਉਸਮੇ ਸਿਰਫ ਚੌਂਕੀ ਇੰਚਾਰਜ ਕਾ ਹੀ ਰੋਲ ਥਾ, ਉਸਮੇ ਥਾਣਾ ਪ੍ਰਭਾਰੀ ਕਾ ਕੋਈ ਰੋਲ ਨਹੀਂ ਥਾ, ਉਸਕੀ ਕੋਈ ਜ਼ਿੰਮੇਵਾਰੀ ਨਹੀਂ ਥੀ, ਜੋ ਇਤਨਾ ਬੜਾ ਪ੍ਰੋਗਰਾਮ ਕੋਈ ਬਰਾਦਰੀ ਕਰਨੇ ਜਾ ਰਹੀ ਹੈ ਔਰ ਜਿਸਮੇ ਉਹਨੇ ਮੁਝੇ ਬੁਲਾਇਆ ਹੈ ਕਿ ਉਸਕਾ ਉਸਕੇ ਪ੍ਰਤੀ ਵੀ ਜੋ ਹੈ ਨਾ ਕਾਰਵਾਈ ਹੋਣੀ ਜ਼ਰੂਰੀ ਥੀ। ਰਾਜਕੁਮਾਰ ਸੈਣੀ ਨੇ ਪੂਰੇ ਘਟਨਾਕ੍ਰਮ ਦੀ ਜਾਂਚ ਸੀ ਬੀ ਆਈ ਤੋਂ ਕਰਵਾਏ ਜਾਣ ਦੀ ਮੰਗ ਰੱਖੀ ਹੈ। ਨਾਲ ਹੀ ਕੁਝ ਦਿਨਾਂ ਦੇ ਅੰਦਰ ਹਰਿਆਣਾ ਕਾਂਗਰਸ ਮੁਖੀ ਅਸ਼ੋਕ ਤੰਵਰ ਅਤੇ ਖੁਦ ਉੱਤੇ ਹੋਏ ਹਮਲੇ ਨੂੰ ਲੈ ਕੇ ਫਿਕਰ ਜ਼ਾਹਰ ਕੀਤਾ। ਜਿਸ ਪ੍ਰਕਾਰ ਕੀ ਘਟਨਾ ਪ੍ਰਦੇਸ਼ ਕੇ ਕਾਂਗਰਸ ਕੇ ਪ੍ਰਦੇਸ਼ ਅਧਿਕਸ਼ ਕੇ ਸਾਥ ਹੋਈ ਔਰ ਫਿਰ ਤੁਰੰਤ ਹਫ਼ਤੇ ਕੇ ਅੰਦਰ ਹੀ ਇਹ ਦੂਸਰੀ ਘਟਨਾ ਹੋਈ, ਇਹ ਕਿਆ ਲੋਕ ਬਾਕੀ ਕੇ ਲੋਕੋਂ ਕੋ ਯਹਾਂ ਕਾ ਗੁਲਾਮ ਸਮਝਤੇ ਹੈ? ਇਸ ਪ੍ਰਕਾਰ ਕੇ ਘਟਨਾ ਕੀ ਮੈਂ ਜਹਾਂ ਕੜੀ ਨਿੰਦਾ ਕਰਤਾ ਹੂੰ, ਵਹੀਂ ਪਰ ਸੀ ਬੀ ਆਈ ਕੀ ਜਾਂਚ ਕੀ ਮੰਗ। ਤੁਹਾਨੂੰ ਦੱਸੀਏ ਕਿ ਰਾਜਕੁਮਾਰ ਸੈਣੀ ਜੱਟ ਰਾਖਵੇਂਕਰਨ ਦੇ ਵਿਰੋਧੀ ਰਹੇ ਨੇ ਅਤੇ ਇਸ ਨੂੰ ਲੈ ਕੇ ਤਿੱਖੀ ਬਿਆਨਬਾਜ਼ੀ ਵੀ ਕਰਦੇ ਰਹੇ ਨੇ। ਰਾਕੇਸ਼ ਰੋਹਿਲਾ, ਜ਼ੀ ਮੀਡੀਆ, ਕੁਰੂਕਸ਼ੇਤਰ। ਜੱਟ ਰਾਖਵੇਂਕਰਨ ਨੂੰ ਲੈ ਕੇ ਤਲਖ ਤੇਵਰ ਜ਼ਰੂਰ ਰਾਜਕੁਮਾਰ ਸੈਣੀ ਦੇ ਨਜ਼ਰ ਆਏ ਨੇ, ਪਰ ਉਹਨਾਂ ਉੱਤੇ ਹੋਏ ਹਮਲੇ ਦੀ ਹੁਣ ਜਾਂਚ ਚੱਲ ਰਹੀ ਹੈ ਅਤੇ ਦੂਜੇ ਪਾਸੇ ਖੁਦ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ।